ਗੈਂਗਸਟਰ ਵਿੱਕੀ ਗੌਡਰ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਪੰਜਾਬ ਅਤੇ ਰਾਜਸਥਾਨ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਲਾਰੈਂਸ ਬਿਸ਼ਨੋਈ ਦਾ ਗੈਂਗ ਦਿਨ ਬ ਦਿਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਵੀ ਦੇ ਰਿਹਾ ਹੈ। ਇਸੇ ਦੇ ਚੱਲਦਿਆਂ ਅੱਜ ਬੋਹਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਨਾਲ ਸੰਬੰਧਿਤ 3 ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਦਕਿ 2 ਗੈਂਗਸਟਰ ਫਰਾਰ ਹੋਏ ਹਨ। ਫੜੇ ਗਏ ਇਹਨਾਂ ਗੈਂਗਸਟਰਾਂ ਵਿੱਚੋਂ ਇੱਕ ਲਾਰੈਂਸ ਬਿਸ਼ਨੋਈ ਦਾ ਰਿਸ਼ਤੇਦਾਰ ਭਰਾ ਹੈ। ਤੁਹਾਨੂੰ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਗੈਂਗਸਟਰ ਉਹੀ ਹੈ ਜਿਸਨੇ ਹਿੰਦੀ ਫਿਲਮ ਸਟਾਰ ਸਲਮਾਨ ਖਾਨ ਨੂੰ ਕੁਝ ਦਿਨ ਪਹਿਲਾਂ ਹੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਵਿੱਕੀ ਗੌਡਰ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਨੇ ਪੰਜਾਬ ਅਤੇ ਰਾਜਸਥਾਨ ਵਿੱਚ ਆਪਣਾ ਦਬਦਬਾ ਕਾਇਮ ਕਰਨਾ ਸ਼ੁਰੂ ਕੀਤਾ ਹੈ। ਜਿਹੜੇ ਉਹਨਾਂ ਦੇ ਨਾਲ ਪਕੜੇ ਹੈਗੇ, ਕਿਸ ਤਰ੍ਹਾਂ ਦੇ ਗਰੋਹ ਹੈਗਾ ਹੈ ਇਹ? ਸਾਡੇ ਕੋਲ ਕੱਲ੍ਹ ਸ਼ਾਮ ਨੂੰ ਇੱਕ ਤਲਾਹ ਆਈ ਸੀ ਜੀ, ਔਰ ਤਲਾਹ 'ਤੇ ਸਾਡੇ ਸੀਨੀਅਰ ਅਵਾਰਡ ਦੇ ਸੱਜਣ ਸਿੰਘ ਦੀ ਪਾਰਟੀ ਨੇ ਕੱਲ੍ਹ ਰੇਡ ਕੀਤੀ, ਔਰ 3 ਪਰਸਨ 5 ਜਣੇ ਸੀਗੇ ਜਿਹੜੇ ਕਿ 2 ਭੱਜਣ 'ਚ ਕਾਮਯਾਬ ਹੋ ਗਏ ਅਤੇ 3 ਜਣੇ ਨੂੰ ਅਸੀਂ ਮੌਕੇ 'ਤੇ ਫੜ ਲਏ, ਜਿਹਦੇ ਵਿੱਚ ਇੱਕ ਅਭਿਸ਼ੇਕ ਬਿਸ਼ਨੋਈ ਔਰ ਇਹਦੇ ਸਾਥੀ ਆਕਾਸ਼ ਅਤੇ ਨਰਿੰਦਰ, ਇਹ ਅਸੀਂ ਅਰੈਸਟ ਕੀਤੇ ਔਰ ਇਹਨਾਂ ਕੋਲੋਂ 4 ਵੈਪਨ ਰਿਕਵਰ ਹੋਇਆ, ਜਿਹਨਾਂ ਵਿੱਚ 315 ਤੱਕ ਦੇਸੀ ਕੱਟਾ ਔਰ 3 ਜਿਹੜੇ ਹੈਗੇ ਆ ਬੱਤੀ ਹੋਰ ਦੇਸੀ ਕੱਟੇ ਨਾਲ ਜਿੰਨਾ ਕਾਰਤੂਸ। ਇੱਕ ਰਾਜਸਥਾਨ ਦੇ ਵਿੱਚ ਗੰਗਾਨਗਰ 'ਚ ਜੋਰਡਨ ਨਾਮ ਦੇ ਜੇ ਇੱਕ ਹਿਸਟਰੀ ਸ਼ੀਟਰ ਦਾ ਜਿਹੜਾ ਹੈਗਾ ਕਤਲ ਹੋਇਆ, ਅਤੇ ਉਹਦੇ ਵਿੱਚ ਵੀ ਮਤਲਬ ਇਹਨਾਂ ਦੀ ਕੋਈ ਇਨਵੋਲਵਮੈਂਟ ਹੋ ਸਕਦੀ ਹੈ? ਕਿਉਂਕਿ ਰਾਤ ਅਸੀਂ ਪਰਚਾ ਦਰਜ ਹੋਇਆ, ਅਰੈਸਟ ਕੀਤੇ ਆ ਔਰ ਅਸੀਂ ਹੁਣ ਰਿਮਾਂਡ ਲੈ ਰਹੇ ਇਹਨਾਂ ਦਾ, ਜੋ ਵੀ ਪੁੱਛਗਿੱਛ 'ਚ ਜੇ ਉਸ ਮਰਡਰ ਦੇ ਨਾਲ ਕੋਈ ਸੰਬੰਧ ਹੋਊਗਾ ਇਹਨਾਂ ਦਾ, ਉਹ ਜ਼ਰੂਰ ਰਾਜਸਥਾਨ ਪੁਲਿਸ ਨਾਲ ਸ਼ੇਅਰ ਕਰਾਂਗੇ ਔਰ ਇਨਵੈਸਟੀਗੇਸ਼ਨ ਹੋ ਗਈ ਉਸ ਤਰੀਕੇ ਨਾਲ। ਵੈਪਨ ਖਰੀਦਣ ਦਾ ਕੀ ਕਾਰਨ ਸੀਗਾ ਇਹਨਾਂ ਦਾ? ਕੁਛ ਹੈ ਕੁਛ ਵਿੱਚ ਜਾ ਰਹੀ ਆ, ਰਿਮਾਂਡ ਲੈ ਰਹੇ ਇਹਨਾਂ ਦਾ ਜੀ, ਔਰ ਜੋ ਵੀ ਕਿੱਥੋਂ ਆਏ ਆ, ਕਿਹਨੇ ਦੇ ਲਏ ਆ, ਕਿਹਨੇ ਦਵਾਏ ਆ, ਉਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ। ਅਬੋਹਰ ਤੋਂ ਸੰਜੀਵ ਅਰੋੜਾ ਦੇ ਨਾਲ ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।